ਕਿ ਹਾਂ ਵੀ ਕੀ ਹੈ ਇਸ ਮਿਸਟਰੀ ਬਾਕਸ ਦੇ ਵਿੱਚ ਯੋ ਇਹਦੇ ਨਾਲ ਲਾਈਕ ਸਟੈਂਸਿਲ ਪੇਸਟ ਹੋਏਗਾ ਵੀ ਤੁਹਾਨੂੰ ਨਾਈਸ ਫੋਰ ਮੈਮੋ M08F ਅਗਰ ਕਿਸੇ ਨੇ ਤੁਸੀਂ ਮੰਗਾਉਣਾ ਹੋਇਆ ਤਾਂ ਆ ਵੀ ਮੰਗਾ ਸਕਦੇ ਕਿ ਪੈਪਰੀ ਜਿਹਦਾ ਹੁੰਦਾ ਉਹ ਵੀ ਵਧੀਆ ਹੈ ਨਾ ਗਾਇਸ ਤੁਸੀਂ ਚੈੱਕ ਕਰ ਹੀ ਸਕਦੇ ਹੋ ਹੈ ਨਾ ਬਿਲਕੁਲ ਲਾਈਕ ਨੈਕਸਟ ਲੈਵਲ ਦਾ ਨੈਕਸਟ ਲੈਵਲ ਦਾ ਟੈਟੂ ਕਰਵਾ ਲੈ ਨਮਸਕਾਰ ਦਾ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਣਾ ਇੱਕ ਡੇ ਫਰੋਮ ਕੈਨੇਡਾ ਸਡਬਰੀ ਗਾਇਸ ਸੋ ਗਾਇਸ ਦੋ ਦਿਨ ਪਹਿਲੇ ਆਪਾਂ ਇੱਕ ਆਰਡਰ ਕੀਤਾ ਸੀਗਾ ਅਤੇ ਫਾਈਨਲੀ ਜਿਹੜਾ ਆਰਡਰ ਹੈ ਸਾਡੇ ਕੋਲ ਲਾਈਕ ਜਿਹੜਾ ਪਾਰਸਲ ਹੈ ਰਿਸੀਵ ਹੋ ਚੁੱਕਿਆ ਅਤੇ ਐਮਾਜ਼ੋਨ 'ਤੇ ਆਰਡਰ ਪਾਏ ਸੀ ਚਾਰ ਕੁ ਚੀਜ਼ਾਂ ਨੇਗੀਆਂ ਜਿਹਦੇ ਵਿੱਚ ਅਤੇ ਇੱਕ ਤਾਂ ਸਕਿਨ ਪੈਡ ਹੋਪਸੋ ਜਿਹੜੇ ਟੈਟੂ ਆਰਟਿਸਟ ਨੇ ਉਹਨਾਂ ਤੋਂ ਪਤਾ ਹੋਇਆ ਜਿੱਦਾਂ ਅਸੀਂ ਪ੍ਰੈਕਟਿਸ ਕਰਦੇ ਹਾਂ ਇੱਕ ਨਕਲੀ ਸਕਿਨ ਆਉਂਦੀ ਹੈ ਤਾਂ ਉਹ ਮੈਨੇ ਲਾਈਕ ਖੁਦ ਦੀ ਪ੍ਰੈਕਟਿਸ ਲਈ ਮੈਨੇ ਮੰਗਾਈਆਂ ਨੇ ਇੱਕ ਗਲਿਊ ਸਟਿਕ ਹੈ ਜਿਹਦੇ ਨਾਲ ਆਪਾਂ ਲਾਈਕ ਸਟੈਂਸਿਲ ਪੇਸਟ ਕਰ ਸਕਦੇ ਹਾਂ ਉਹ ਮੈਨੇ 5-6 ਸਾਲ ਪਹਿਲੇ ਦੇਖੀ ਸੀ ਇੰਡੀਆ ਦੇ ਵਿੱਚ ਉਹ ਮਤਲਬ ਸਾਡੇ ਉੱਥੇ ਅਵੇਲੇਬਲ ਨਹੀਂ ਹੈਗੀ ਬਟ ਹਾਂ ਉਰੇ ਮਿਲਦੀਆਂ ਹੈ ਨਾ ਈਜ਼ੀਲੀ ਉਹ ਗਲੂ ਸਟਿਕ ਨਹੀਂ ਹੁੰਦੀ ਉਹਦੇ ਨਾਲ ਜਿਹੜਾ ਐ ਹੁੰਦਾ ਲਾਈਕ ਡੀਓਡਰੈਂਟ ਹੁੰਦਾ ਇੱਕ ਟਾਈਪ ਦਾ ਬਟ ਆਪਾਂ ਜਿੱਦਾਂ ਸਟੈਂਸਿਲ ਹੁੰਦੇ ਆ ਬੜੇ ਈਜ਼ੀਲੀ ਉਹਦੇ ਨਾਲ ਹੈ ਨਾ ਪੇਸਟ ਕਰ ਸਕਦੇ ਹਾਂ ਹੈ ਨਾ ਅਤੇ ਇੱਕ ਸੀਗੀਆਂ ਥਰਮਲ ਮੈਨੇ ਪ੍ਰਿੰਟਰ ਮੰਗਾਇਆ ਸੀ ਤੁਹਾਨੂੰ ਉਹ ਵੀ ਦਿਖਾਊਂਗਾ ਹੈ ਨਾ ਇਸ ਵੀਡੀਓ ਦੇ ਵਿੱਚ ਅਤੇ ਉਹਦੀਆਂ ਸ਼ੀਟਸ ਮੰਗਾਈਆਂ ਉਹਨਾਂ ਨੇ ਸਿਰਫ 10 ਸ਼ੀਟਾਂ ਭੇਜੀਆਂ ਸੀਗੀਆਂ ਜਿਹੜੀ ਕਿ ਮੇਰੇ ਕੁਛ ਟੈਟੂਜ਼ ਦੇ ਵਿੱਚ ਹੀ ਖਤਮ ਹੋ ਗਿਆ ਸੀਗੀਆਂ ਬਿਕੋਜ਼ ਜਿੱਦਾਂ ਕਿ ਤੁਹਾਨੂੰ ਪਤਾ ਹੁਣ ਮੈਂ ਬ੍ਰੈਂਪਟਨ ਜਾ ਕੇ ਟੈਟੂ ਕਰ ਰਿਹਾ ਹੈ ਨਾ ਤਾਂ ਫਿਰ ਉਹ ਮੈਨੂੰ ਪ੍ਰਿੰਟਰ ਨਾਲ ਲੈ ਕੇ ਜਾਣਾ ਪੈਂਦਾ ਤਾਂ ਉੱਥੇ ਮਤਲਬ 10 ਕੁ ਸ਼ੀਟਾਂ ਤਾਂ ਇੱਦਾਂ ਹੀ ਖਤਮ ਹੋ ਗਈਆਂ ਅਤੇ ਇੱਕ ਚੀਜ਼ ਹੋਰ ਸੀਗੀ ਉਹ ਮੇਰੇ ਹੀ ਦਿਮਾਗ 'ਚ ਸਕਿਪ ਹੋ ਗਈ ਅਤੇ ਮੈਂ ਹੁਣ ਪਾਰਸਲ ਨੂੰ ਓਪਨ ਕਰਦਾ ਫਿਰ ਤੁਹਾਨੂੰ ਦਿਖਾਉਂਦਾ ਗਾਈਸ ਕਿ ਹਾਂ ਵੀ ਕੀ ਹੈ ਇਸ ਮਿਸਟਰੀ ਬਾਕਸ ਦੇ ਵਿੱਚ ਯੋ ਸੋ ਗਾਈਸ ਲੈਟਸ ਓਪਨ ਦਿਸ ਪਾਰਸਲ ਅਤੇ ਜਿਹੜੀ ਫੋਰਥ ਚੀਜ਼ ਸੀ ਗਾਈਸ ਉਹ ਵੀ ਮੈਨੂੰ ਯਾਦ ਆ ਗਈ ਪਾਰਸਲ ਖੋਲ੍ਹਣ ਤੋਂ ਪਹਿਲੇ ਇੰਕ ਮਿਕਸਰ ਮੰਗਾਇਆ ਸੀ ਐਕਚੁਅਲ ਦੇ ਵਿੱਚ ਜਿਹੜੇ ਸਕਿਨ ਪੈਡਸ ਮੰਗਾਏ ਸੀ ਨਾ ਮੈਂ ਕੁਛ ਕਲਰਫੁੱਲ ਲਾਈਕ ਟਰਾਈ ਕਰਨ ਦੀ ਸੋਚ ਰਿਹਾ ਅਤੇ ਜਿੱਦਾਂ ਹੁਣ ਮੈਂ ਘਰ ਜਿਸ ਟਾਈਮ ਮੈਨੂੰ ਟਾਈਮ ਹੁੰਦਾ ਤਾਂ ਮੈਂ ਕੁਛ ਨਵੀਂ ਕਲਰਫੁੱਲ ਚੀਜ਼ ਹੈ ਨਾ ਲਾਈਕ ਟਰਾਈ ਕਰਾਂਗਾ ਉਹਦੇ 'ਤੇ ਅਤੇ ਹਾਂ ਮੇਰਾ ਲਾਈਕ ਕਲਰਫੁੱਲ ਦੇ ਵਿੱਚ ਬੜਾ ਮੈਨੂੰ ਨਾ ਉਹ ਹੈ ਕਿ ਹਾਂ ਵੀ ਲਾਈਕ ਕੁਛ ਨਵੀਂ ਚੀਜ਼ਾਂ ਲਾਈਕ ਟਰਾਈ ਕਰੀਏ ਹੈ ਨਾ ਬਿਕੋਜ਼ ਆਪਣੇ ਇੰਡੀਆ ਦੇ ਵਿੱਚ ਇੱਦਾਂ ਹੁੰਦਾ ਸੀਗਾ ਲਾਈਕ ਮੋਸਟ ਆਫ ਦੇ ਬੰਦੇ ਹੈ ਨਾ ਬਲੈਕ ਐਂਡ ਗ੍ਰੇ ਹੀ ਵਧੀਆ ਲੱਗਦੇ ਸੀ ਉਹਨਾਂ ਨੂੰ ਟੈਟੂ ਬਿਕੋਜ਼ ਉਹਨਾਂ ਦੇ ਲਾਈਕ ਆਪਾਂ ਕਹਿ ਦਈਏ ਕਿ ਹਾਂ ਵੀ ਹੈ ਨਾ ਇੱਕ ਬਰਾਊਨ ਸਕਿਨ ਟੋਨ ਦੇ ਉੱਤੇ ਉੱਦਾਂ ਦੇ ਹੀ ਟੈਟੂਜ਼ ਜ਼ਿਆਦਾ ਉੱਠ ਕੇ ਆਉਂਦੇ ਨੇ ਜਿਹੜੇ ਕਿ ਜੈਨੂਅਨ ਜੀ ਗੱਲ ਹੈ ਤਾਂ ਕਰਕੇ ਫਿਰ ਉਰੇ ਥੋੜ੍ਹੇ ਜਿਹੇ ਲਾਈਕ ਪਸੰਦ ਕਰਦੇ ਨੇ ਕਿ ਹਾਂ ਵੀ ਹੈ ਨਾ ਥੋੜ੍ਹੇ ਕਲਰਫੁੱਲ ਤਾਂ ਕਰਕੇ ਉਸ ਚੀਜ਼ ਨੂੰ ਮੈਂ ਥੋੜ੍ਹਾ ਜਿਹਾ ਇਨਹਾਂਸ ਕਰ ਰਿਹਾ ਸੋ ਗਾਈਜ਼ ਪਾਰਸਲ ਅਸੀਂ ਓਪਨ ਕਰ ਲਿਆ ਅਤੇ ਆ ਹੈਗੇ ਗਾਈਜ਼ ਥਰਮਲ ਸ਼ੀਟਸ ਕਿ ਲਾਈਕ ਜਿਹੜਾ ਨਾ ਪ੍ਰਿੰਟਰ ਹੈ ਬੜਾ ਛੋਟਾ ਜਿਹਾ ਪ੍ਰਿੰਟਰ ਹੈ ਟਰੈਵਲ ਪ੍ਰਿੰਟਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਪੋਰਟੇਬਲ ਹੈ ਬੜਾ ਈਜ਼ੀ ਟੂ ਕੈਰੀ ਹੈ ਤਾਂ ਮਤਲਬ ਜਿਹੜਾ ਲਾਈਕ ਆਪਾਂ ਕਹਿ ਸਕਦੇ ਹਾਂ ਕਿ ਹੈ ਨਾ ਜਿਹੜਾ ਟਰੈਵਲ ਕਰਕੇ ਟੈਟੂ ਕਰਦਾ ਹੈ ਨਾ ਫ੍ਰੀਲਾਂਸਰ ਹੈ ਜਿਹੜਾ ਤਾਂ ਉਹਨਾਂ ਲਈ ਉਹ ਪ੍ਰਿੰਟਰ ਬਹੁਤ ਬੈਸਟ ਹੈ ਤੁਹਾਨੂੰ ਇੱਦਾਂ ਬਾਹਰ ਜਾ ਕੇ ਪ੍ਰਿੰਟ ਕਢਾਉਣ ਦੀ ਲੋੜ ਨਹੀਂ ਪਹਿਲੇ ਮੈਨੇ ਥੋੜ੍ਹੇ ਜਿਹੇ ਜਿੱਦਾਂ ਟੈਟੂਜ਼ ਕੀਤੇ ਨੇ ਹੈ ਨਾ ਬ੍ਰੈਂਪਟਨ ਦੇ ਵਿੱਚ ਤਾਂ ਸਾਨੂੰ ਸਟੈਪਲ ਜਾਣਾ ਪੈਂਦਾ ਸੀਗਾ ਵਾਲਮਾਰਟ ਜਾਣਾ ਪੈਂਦਾ ਸੀ ਪ੍ਰਿੰਟ ਕਢਾਉਣ ਬਟ ਫਿਰ ਮੈਨੇ ਲਾਈਕ ਇਹ ਪ੍ਰਿੰਟਰ ਦੇਖਿਆ ਮਤਲਬ ਮੈਨੂੰ ਪਤਾ ਨਹੀਂ ਸੀਗਾ ਕਿ ਇੱਦਾਂ ਦਾ ਪ੍ਰਿੰਟਰ ਆਉਂਦਾ ਬਟ ਹਾਂ ਮੈਨੇ ਪੋਰਟੇਬਲ ਪ੍ਰਿੰਟਰ ਸਰਚ ਕੀਤਾ ਅਤੇ ਆਹ ਚੀਜ਼ ਬੜੀ ਵਧੀਆ ਨਿਕਲ ਕੇ ਆਈ ਅਤੇ ਉਹਦੀ ਸ਼ੀਟਸ ਮੰਗਾਈਆਂ ਨੇ ਉਹਨਾਂ ਨੇ ਸਿਰਫ 10 ਸ਼ੀਟਾਂ ਭੇਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ ਨਾ ਅਤੇ ਜਿਹੜੀ ਸੈਕਿੰਡ ਚੀਜ਼ ਹੈ ਉਹ ਹੈਗੀ ਸੀ ਸਕਿਨ ਪੈਡਸ ਫੋਰ ਟੈਟੂ ਪ੍ਰੈਕਟਿਸ ਤਾਂ ਆਹ ਹੁੰਦੇ ਨੇ ਗਾਈਜ਼ ਸਕਿਨ ਪੈਡ ਜਿਹਦੇ ਉੱਤੇ ਲਾਈਕ ਅਸੀਂ ਪ੍ਰੈਕਟਿਸ ਕਰਦੇ ਹਾਂ ਸਾਡੀ ਟੈਟੂਇੰਗ ਜਿੱਦਾਂ ਜਿਹੜਾ ਬਿਗਿਨਰ ਹੁੰਦਾ ਹੈ ਨਾ ਤਾਂ ਜਿੱਦਾਂ ਸਾਰੇ ਪੁੱਛਦੇ ਹਾਂ ਭਾਅ ਜੀ ਤੁਸੀਂ ਸਿੱਧਾ ਸਕਿਨ 'ਤੇ ਹੀ ਕਰਾ ਦਿੰਦੇ ਹੋ ਸਟਾਰਟ ਕਿੱਦਾਂ ਕਰਾਉਂਦੇ ਹੋ ਤੁਸੀਂ ਸਟਾਰਟ ਜਿਹੜਾ ਤੁਹਾਡਾ ਟ੍ਰੇਨਿੰਗ ਹੈ ਤੁਸੀਂ ਸਿੱਧਾ ਮਤਲਬ ਬੰਦੇ ਕਿੱਦਾਂ ਅਪਰੋਚ ਕਰਦੇ ਹੋ ਪਹਿਲੇ ਇਸ ਦੇ ਉੱਤੇ ਪ੍ਰੈਕਟਿਸ ਹੁੰਦੀ ਹੈ ਫਿਰ ਰੀਅਲ ਸਕਿਨ ਦੇ ਉੱਤੇ ਜਿੱਦਾਂ ਲਾਈਕ ਇੱਕ ਵਾਰੀ ਜਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਬੰਦਾ ਪ੍ਰੋਫੈਸ਼ਨਲ ਹੋ ਗਿਆ ਪੂਰਾ ਇਸ ਦੇ ਉੱਤੇ ਵਧੀਆ ਬਣਾ ਰਿਹਾ ਹੈ ਨਾ ਟੈਟੂ ਤਾਂ ਫਿਰ ਅਸੀਂ ਉਸ ਨੂੰ ਲਾਈਕ ਰੀਅਲ ਸਕਿਨ ਦੇ ਉੱਤੇ ਕਰਾਉਂਦੇ ਹਾਂ ਟੈਟੂ ਬਾਕੀ ਉਹੀ ਵਾਲੀਆਂ ਜਿਹੜੀਆਂ ਤੁਹਾਨੂੰ ਦੱਸੀਆਂ ਗਲੂ ਸਟਿਕ ਇਹਦੇ ਨਾਲ ਲਾਈਕ ਸਟੈਂਸਿਲ ਪੇਸਟ ਹੋਏਗਾ ਵੀ ਤੁਹਾਨੂੰ ਨਾਈਸ ਹੈਗਾ ਤਾਂ ਵੈਸੇ ਡੀਓਡਰੈਂਟ ਹੈ ਬਟ ਹਾਂ ਲਾਈਕ ਸਟੈਂਸਿਲ ਪੇਸਟਿੰਗ ਵਾਸਤੇ ਵੀ ਵਧੀਆ ਕੰਮ ਆ ਜਾਂਦਾ ਹੈ ਨਾ ਮੇਰੇ ਕੋਲ ਵੈਸੇ ਲੋਕਸ ਜੈਲੀ ਹੈਗੀ ਹੈ ਸਟੈਂਸਿਲ ਪੇਸਟਿੰਗ ਲਈ ਜਿਹਨਾਂ ਨੂੰ ਨਹੀਂ ਪਤਾ ਲੋਕਸ ਜੈਲੀ ਸਟੈਂਸਿਲ ਪੇਸਟਿੰਗ ਲਈ ਹੁੰਦੀ ਹੈ ਉਹ ਵਧੀਆ ਹੁੰਦੀ ਹੈ ਹੈ ਨਾ ਮੈਂ ਇੰਡੀਆ ਤੋਂ ਹੀ ਲੈ ਕੇ ਆਇਆ ਸੀ ਆਹ ਤਾਂ ਇਹ ਲੋਕਸ 2% ਜੈਲੀ ਹੈ ਇਹਦੇ ਨਾਲ ਸਟੈਂਸਿਲ ਬਹੁਤ ਵਧੀਆ ਪੇਸਟ ਹੁੰਦੀ ਹੈ ਬਟ ਸਕਿਨ ਪੈਡ ਦੇ ਉੱਤੇ ਨਾ ਲਾਈਕ ਇਹਦੇ ਨਾਲ ਇੰਨੇ ਵਧੀਆ ਨਹੀਂ ਹੁੰਦੇ ਹੈਗੇ ਲਾਈਕ ਸਟੈਂਸਿਲ ਮੇਰੇ ਕੋਲ ਸਟੈਂਸਿਲ ਸਟੱਫ ਹੈ ਨਹੀਂ ਸੀਗਾ ਤਾਂ ਮੈਨੇ ਮਤਲਬ ਸਰਚ ਕੀਤਾ ਕਿ ਆਹ ਚੀਜ਼ ਚੱਲ ਜਾਏਗੀ ਤਾਂ ਆਹ ਚੀਜ਼ ਯਾ ਇਟ ਵਿਲ ਵਰਕ ਤਾਂ ਬਾਕੀ ਆਹ ਇੰਕ ਮਿਕਸਰ ਗਾਈਜ਼ ਹੁਣ ਜਿੱਦਾਂ ਕਲਰਫੁੱਲ ਤੁਹਾਨੂੰ ਪਤਾ ਮੈਂ ਸਿਰਫ 5 ਇੰਕਸ ਯੂਜ਼ ਕਰਦਾ ਹੈ ਨਾ ਜਿਹੜੇ ਪ੍ਰਾਇਮਰੀ ਕਲਰਸ ਹੁੰਦੇ ਉਹਦੇ ਨਾਲ ਹੀ ਸਾਰੇ ਕਲਰਸ ਬਣਾਉਣਾ ਲਾਈਕ ਜੇ ਸਕਿਨ ਕਲਰ ਬਣਾਉਣਾ ਹੈ ਨਾ ਤਾਂ ਉਹੀ 5 ਕਲਰ ਯੂਜ਼ ਕਰਕੇ ਜਾਂ ਕੋਈ ਵੀ ਕਲਰ ਬਣਾਉਣਾ ਤਾਂ ਉਹੀ 5 ਕਲਰ ਨੂੰ ਯੂਜ਼ ਕਰਕੇ ਜਿੱਦਾਂ ਪ੍ਰਾਇਮਰੀ ਕਲਰਸ ਬਲੈਕ ਵਾਈਟ ਰੈੱਡ ਬਲੂ ਯੈਲੋ ਅਤੇ 5 ਕਲਰਸ ਆ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਮਿਕਸ ਕਰਕੇ ਬਣਾ ਦੇਣਾ ਤਾਂ ਫਿਰ ਥੋੜ੍ਹਾ ਮਿਕਸਿੰਗ ਦਾ ਜਿਹੜਾ ਪ੍ਰੋਸੈਸ ਹੈ ਈਜ਼ੀ ਹੋ ਜਾਏ ਤਾਂ ਕਰਕੇ ਆ ਇੱਕ ਇੰਕ ਮਿਕਸਰ ਮੰਗਾਇਆ ਸੀ ਅਤੇ ਬਾਕੀ ਹੁਣ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਤਾਂ
एक तो जिहड़े प्रिंटर है ना वह दिखाऊंगा, बाकी एक जिहड़ा स्पीड स्टिक का स्टैंसिल लगा के है ना वो दिखाऊंगा, बाकी जिहड़ी मेरी प्रैक्टिस होएगी टाइटलिंग की और मैं तुहानू अगली वीडियो दिखाऊंगा। एक बार मैं जस्ट ट्राई कर ला कि हाँ भी है ना की चीज़ बनानी है, हाले सोच ला, मैंने कुछ सोचा भी नहीं कि मैं किदां दा कुछ बनाउणा, तो सिर्फ स्टैंसिल पेस्ट करके तुहानू दिखाऊंगा इस वीडियो दे विच, अदरवाइज जिहड़ा प्रिंटर है तुहानू उहदा फुल रिव्यू दिखाऊंगा। सो गाइस इहदे उत्ते आ कैप जिहा लग्गिया होइआ सीगा ते कैप उतारता, तो हुण साडे कोल स्टैंसिल पेपर पिआ ते हुण मैं एक छोटा जिहा वैसे एक स्टैंसिल जिहा है ना लगा के देखांगा कि हाँ भी किन्ना कु वधीआ रिजल्ट आउंदा इहदे नाल। फाइनली गाइस इक इदां दा मतलब नॉर्मल जिहा ट्रेस रेडी कीता है ना, हाफ प्रिंट निकलिआ होइआ सीगा ते मतलब लाइक फिर कुछ इदा का बनाता मैंने बस फटाफट तुम समझो, जस्ट मतलब टैसटिंग इन कट करके मेरे उरे हैंड उत्ते प्लेस करते हैं, जो सोहना लग्या फिर टैंपरेरी टैटू भी बना लाँगा तो फिर तुम्हें दिखाने इसका फाइनल रिजल्ट। सो गाइस स्टैंसिल रेडी है तो स्पीड स्टिक भी रेडी है, स्टैंसिलिंग कर जो स्टैंसिलिंग करता उन्होंने आ जरूर पता होगा, जो टैटू आर्टिस्ट ने ना काफ़ी हाथ जहा हो जाता लाइक मैसेज हो जाता, तो हम स्पीड स्टिक इदा अपलाई किया है तो ड्यूडरेंट है गाइस मतलब फ्रैगनेंस भी अच्छी है, तो चलो अप्लाई कर दिया हूँ फिर देखते हैं कि किदा का स्टैंसिल होगा तुम दिखाने। नाइस गाइस नाइस 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 तुम दिखाना मैं गाइस, बहुत सोहना है बहुत सोहना लिटरली। सो गाइस आ देखो चेक करो स्टैंसिल कितना क्लीन ते कितना वधिया आया है ना, ते वैसे तो देखा ही सीगा इन ऑनलाइन गल्ला क्योंकि मैंने उत्थे भी एमाजोन ते मंगाने की कोशिश की सी बट नॉट अवेलेबल आउंदा सी हमेशा बिकॉज ए उरे दा ही प्रोडक्ट है ना कैनेडा दा या यूएसए दा, तां फिर उरे ईजीली अवेलेबल है तां करके उत्थे नहीं आ पाया। मैं मतलब 5-6 साल पहले की गल कर रहा जो मैं मतलब यूट्यूब ते टैटूइंग वगैरह है ना मतलब 5-6 साल तो भी मे भी पुराना क्योंकि मैं 9th जो मैंने टैटूइंग स्टार्ट की लाइक टैंपरेरी टैटूइंग, तो उस मैं लाइक खुद ही रिसर्च करता हूँ यूट्यूब उत्ते की चीज़ा किदा उन्होंने है ना वो करना, तो सही आया रिजल्ट बहुत अच्छा है। बाकी हम स्किन पैड के उत्ते भी जो तुम करा लाइक फिर करके दिखावे लाइक पेस्ट, बाकी मैं तुम्हें हूँ प्रिंटर दिखा गाइस, प्रिंटर की कहने गलबात ही कहने एंड हुई हुई है एंड, तो तुम प्रिंटर फिर आह लाइक शीट्स वगैरह दसदा। एक्चुअल है थर्मल प्रिंटर जोड़ा कि हीट के नाल ही प्रिंटिंग करता, तो थर्मल शीट्स ही होंगे मे बी तो उसी के उत्ते होंगे है, वेट मैं तुम दिखाला ये उत्ते लिखा भी होगा हाँ ये थर्मल पेपर सैट आ लिखा हुआ, तो आही वाली जी लाइक शीट्स होंगे वो सपोर्ट कर दें, अदरवाइज ओवले प्रिंटर के नॉर्मल शीट नहीं बिकॉज वो ना एक हीट प्रोड्यूस कर दी जिद ऑटोमैटिकली एवले पेपर के उत्ते मतलब प्रिंट हो जाता, तो तुम मैं एक बार यूज़ भी करके दिखा प्लीज़। सो गाइज आ हैगा साडा प्रिंटर तो विद केस ही मंगाया सी मैंने आह लाइक हैंडी जहाँ जो केस है ना मतलब वधिया लाइक लगता है प्रोटेक्ट जहाँ करके रख रहा, तो हाँ आह लाइक पुरानी शीट्स जिड़ी कि उन्होंने दित्तियां सी सानू सिर्फ 10 शीटा ही दित्तियां सी जिड़ी कि मतलब कुछ कु दिनों के खत्म हो गया सी, तो आह हैगा गाइज प्रिंटर लाइक आ तुसीं उरे देखो इंस्ट्रक्शन पढ़ सकते हो, उरों की लाइक शीट इंसर्ट करो उरों की लाइक आ जाता है ना प्रिंट, बाकी ये ना ऐप है स्कैन दिता हुआ इन्होंने, तो यह ऐप को डाउनलोड करना पैंदा इनू कनैक्ट करना पैंदा, तो फिर वो जी तुम कमांड दोगे है ना वो सीधा लाइक प्रिंट कट के आ जाएगा, बट ये ना एक ड्रॉबैक है गाइज तुम ना अपने आप वो नहीं कर सकते सैट लाइक इन द सेंस जे मैं तुम्हें कह जे कोई प्रिंट कर रहे हो तो वह लाइक साइज सैट करना ऐप के जाके वो नहीं कर सकते, तो मैं ऑटो डेस्क यूज़ करना, तो तुम मैं एक चलो प्रिंट जहा करके दिखाना मैं स्क्रीन रिकॉर्डिंग ऐड कर दाँगा तो फिर तुम दसदा कि है ना लाइक किदा यदा यूज़ होंगे, तो फिर मैं लाइक साइज़ व्डा छोटा उसी ऐप तो करके फिर प्रिंट की कमांड देना, तो चलो तुम दिखाइए यदि ओपनिंग करके भी तो यूज करके भी इस प्रिंटर नो यो। शीट्स असं कड़ लिया कट्ठिया 200 शीटा मंगा लिया आप कि हाँ भी दिक्कत ना आए बाद चो, तो आवली साइड जिदा होंगी है
ਉੱਪਰ ਹੁੰਦੀ ਹੈ ਹੈ ਨਾ ਇਹਨੂੰ 3 ਸੈਕਿੰਡ ਲਈ ਪ੍ਰੈਸ ਕਰ ਇਹ ਫੋਮ ਐਮੋ ਕੰਪਨੀ ਹੈ ਗਾਈਸ ਫੋਮ ਐਮੋ M08F ਅਗਰ ਕਿਸੇ ਨੇ ਤੁਸੀਂ ਮੰਗਾਉਣਾ ਤਾਂ ਆ ਵੀ ਮੰਗਾ ਸਕਦੇ ਕਿ ਪੈਪਰੀਜ ਦਾ ਹੁੰਦਾ ਉਹ ਵੀ ਵਧੀਆ ਹੈ ਨਾ ਮਤਲਬ ਮੈਂ ਉਹਦੇ ਵੀ ਰਿਵਿਊਜ਼ ਦੇਖੇ ਸੀ ਉਹ ਥੋੜ੍ਹਾ ਜਿਹਾ ਇਸ ਤੋਂ ਵੀ ਲਾਈਕ ਸਸਤਾ ਹੈ ਅਤੇ ਵਧੀਆ ਉਹ ਮਤਲਬ ਮੈਨੂੰ ਇਹ ਸੀਗਾ ਕਿ ਹਾਂ ਵੀ ਵਧੀਆ ਨਹੀਂ ਹੋਏਗਾ ਬਟ ਮੇਰੇ ਇੱਕ ਫਰੈਂਡ ਨੇ ਵੀ ਮੰਗਾਇਆ ਹੋਇਆ ਸੀਗਾ ਤਾਂ ਫਿਰ ਮੈਂ ਉਸ ਤੋਂ ਰਿਵਿਊ ਪੁੱਛਿਆ ਮੰਗਵਾਉਣ ਤੋਂ ਬਾਅਦ ਆ ਬੋਲਾ ਪ੍ਰਿੰਟਰ ਬਟ ਉਹ ਵੀ ਅੱਛਾ ਹੈ ਤੁਸੀਂ ਦੋਨਾਂ 'ਚੋਂ ਜਿਹੜਾ ਮਰਜ਼ੀ ਮੰਗਾ ਸਕਦੇ ਹੋ ਅਤੇ ਆਵਲੀ ਜਿਹੜੀ ਸਾਈਡ ਆ ਉੱਪਰ ਹੋਣੀ ਚਾਹੀਦੀ ਹੈ ਉਰੇ ਜਿਹੜਾ ਪ੍ਰਿੰਟ ਹੋਏਗਾ ਥੋੜ੍ਹੀ ਜਿਹੀ ਨਾ ਸਲਿਪਰੀ ਹੈ ਇਹਦਾ ਪੇਜ ਜਿਹੜਾ ਕਿ ਹੀਟ ਦੇ ਨਾਲ ਆਪਣੇ ਆਪ ਹੀ ਲਾਈਕ ਪ੍ਰਿੰਟ ਕਰ ਦਿੰਦਾ ਬਾਕੀ ਹੁਣ ਤੁਹਾਨੂੰ ਮੈਂ ਇੱਕ ਪਹਿਲੇ ਕਰਕੇ ਦਿਖਾਉਂਦਾ ਲਾਈਕ ਪਹਿਲੇ ਇਹਨੂੰ ਔਨ ਕਰ ਦਿੰਦੇ ਹਾਂ ਆਪਾਂ ਅਤੇ ਔਨ ਹੋ ਗਿਆ ਫਿਰ ਹੁਣ ਸ਼ੀਟ ਐਡਜਸਟ ਕਰਕੇ ਦਿਖਾਉਂਦਾ ਮੈਂ ਵੇਟ ਉਸ ਤੋਂ ਬਾਅਦ ਸਕਰੀਨ ਰਿਕਾਰਡਿੰਗ ਮੈਂ ਚਾਲੂ ਕਰ ਦਾਂਗਾ ਆਪਣੀ ਹਾਂ ਇੱਕ ਆਪਣਾ ਉਹ ਦੇਖ ਲਾਂਗੇ ਆਪਾਂ ਡਿਜ਼ਾਈਨ ਉਹ ਹੋ ਹੁਣ ਇਨਸਰਟ ਹੋ ਗਿਆ ਦੇਖੋ ਪੇਂਟ ਹੈ ਨਾ ਤਾਂ ਹੁਣ ਜਸਟ ਮੈਂ ਜਦੋਂ ਵੀ ਕਮਾਂਡ ਦਊਂਗਾ ਹੈ ਨਾ ਆਪਣੇ ਫੋਨ 'ਚੋਂ ਅਤੇ ਨਾਲ ਦੀ ਨਾਲ ਉੱਥੋਂ ਪ੍ਰਿੰਟ ਆਊਟ ਹੋ ਜਾਏਗਾ ਅਤੇ ਤੁਹਾਨੂੰ ਪਹਿਲੇ ਮੈਂ ਸਕਰੀਨ ਰਿਕਾਰਡਿੰਗ ਲਗਾ ਕੇ ਦਿਖਾਉਂਦਾ ਹੁਣ ਕਿ ਹਾਂ ਵੀ ਕਿੱਦਾਂ ਕਮਾਂਡ ਦੇ ਦਿੰਦੇ ਆ ਕਿੱਦਾਂ ਸਾਈਜ਼ ਸੈੱਟ ਕਰੀਦਾ ਹੁੰਦਾ ਸੋ ਗਾਈਜ਼ ਇਸ ਪ੍ਰਿੰਟਰ ਦੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਸਿਰਫ ਇਹ ਬਲੈਕ ਐਂਡ ਵਾਈਟ ਹੀ ਪ੍ਰਿੰਟ ਕਰਦਾ ਬਿਕੋਜ਼ ਇਹਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਹੀਟ ਪ੍ਰੋਡਿਊਸ ਕਰਨ ਵਾਲੀ ਉਹ ਹੁੰਦੀ ਹੈ ਹੈ ਨਾ ਲਾਈਕ ਜਿਸ ਨਾਲ ਪ੍ਰਿੰਟ ਕਰਦਾ ਇਸ ਥਰਮਲ ਸ਼ੀਟ ਦੇ ਉੱਤੇ ਤਾਂ ਸਿਰਫ ਬਲੈਕ ਐਂਡ ਵਾਈਟ ਹੀ ਕਰਦਾ ਇਹਦੇ ਵਿੱਚ ਆਪਾਂ ਕਲਰਫੁੱਲ ਨਹੀਂ ਕਰ ਸਕਦੇ ਅਤੇ ਇਸ ਤੋਂ ਪਹਿਲੇ ਮੈਂ ਇੱਕ ਹੋਰ ਪ੍ਰਿੰਟਰ ਲਿਆ ਸੀਗਾ ਉਹ ਐਪਸਨ ਦਾ ਉੱਪਰ ਪਿਆ ਜਿਹੜਾ ਕਿ ਕਲਰਫੁੱਲ ਪ੍ਰੋਫੈਸ਼ਨਲ ਜਿੱਦਾਂ ਦਾ ਵੀ ਪ੍ਰਿੰਟ ਚਾਹੀਦਾ ਉਦਾਂ ਦਾ ਕਰ ਦਿੰਦਾ ਹੈ ਨਾ ਤਾਂ ਮਤਲਬ ਇਹ ਤਾਂ ਜਸਟ ਸਿਰਫ ਇੱਕ ਟਰੈਵਲ ਪ੍ਰਿੰਟਰ ਹੈ ਜਿੱਦਾਂ ਲਾਈਕ ਔਨ ਦ ਸਪੋਟ ਜੇ ਤੁਸੀਂ ਸਟੈਂਸਿਲ ਤਿਆਰ ਕਰਨਾ ਹੈ ਨਾ ਤਾਂ ਈਜ਼ੀਲੀ ਤੁਸੀਂ ਇਸ ਨੂੰ ਕੈਰੀ ਵੀ ਕਰ ਸਕਦੇ ਹੋ ਪ੍ਰਿੰਟ ਵਗੈਰਾ ਕਰ ਸਕਦੇ ਹੋ ਹੈ ਨਾ ਅਤੇ ਬਸ ਹੁਣ ਮੈਂ ਤੁਹਾਨੂੰ ਪ੍ਰਿੰਟ ਕੱਢ ਕੇ ਦਿਖਾਉਂਦਾ ਕਿ ਕਿੱਦਾਂ ਦਾ ਇਹਦਾ ਰਿਜ਼ਲਟ ਆਉਂਦਾ ਕੁਛ ਰੀਅਲਿਸਟਿਕ ਜਿਹਾ ਪ੍ਰਿੰਟ ਕੱਢਾਂਗਾ ਫਿਰ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਹਾਂ ਵੀ ਕਿਸ ਲੈਵਲ ਤੱਕ ਦੀ ਡਿਟੇਲਸ ਜਿਹੜੀਆਂ ਹੈ ਨਾ ਕੱਢ ਸਕਦਾ ਸੋ ਗਾਈ ਸਭ ਤੋਂ ਪਹਿਲੇ ਹੁਣ ਮੈਂ ਇੱਕ ਲਾਈਕ ਪੋਸਟਰ ਦੇਖਣਾ ਸਿੱਧੂ ਮੂਸੇਵਾਲੇ ਬਾਈ ਦਾ ਹੈ ਨਾ ਲਾਈਕ ਪਿੰਟਰਸਟ ਦੇ ਉੱਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਮੈਨੇ ਸਿਲੈਕਟ ਕਰ ਲਿਆ ਅਤੇ ਹੁਣ ਮੈਂ ਆਟੋ ਡੈਸਕ ਸਕੈਚ ਬੁੱਕ ਐਪ ਦੇ ਉੱਤੇ ਜਾਵਾਂਗਾ ਹੈ ਨਾ ਜਿਹੜਾ ਕਿ ਈਜ਼ੀਲੀ ਅਵੇਲੇਬਲ ਹੁੰਦਾ ਅਤੇ ਫਰੀ ਹੁੰਦਾ ਹੈ ਨਾ ਆਈਫੋਨ ਜਾਂ ਐਂਡਰੋਇਡ ਦੇ ਵਿੱਚ ਅਤੇ ਮੈਨੇ ਜਿੱਦਾਂ ਪੋਸਟਰ ਸੈੱਟ ਕਰ ਲਿਆ ਉਹ ਪੇਜ ਦੇ ਉੱਤੇ ਅਤੇ ਜਿਹੜੇ ਮੈਨੇ ਪੇਜ ਦਾ ਸਾਈਜ਼ ਰੱਖਿਆ ਹੋਇਆ ਨਾ ਤਾਂ ਲੈਟਰ ਸਾਈਜ਼ ਹੈ ਹੁਣ ਜਦੋਂ ਮੈਂ ਪ੍ਰਿੰਟ ਕੱਢਾਂਗਾ ਜਿਹੜੇ ਉਹ ਪੇਜਿਸ ਨੇ ਤਾਂ ਉਹ ਵੀ ਲੈਟਰ ਸਾਈਜ਼ ਦੇ ਨੇ ਜਦੋਂ ਮੈਂ ਪ੍ਰਿੰਟ ਕੱਢਾਂਗਾ ਤਾਂ ਬਿਲਕੁਲ ਐਗਜੈਕਟ ਸਾਈਜ਼ ਦਾ ਆਊਗਾ ਜਿੱਦਾਂ ਮੈਨੇ ਇਹਦੇ ਵਿੱਚ ਸੈੱਟ ਕੀਤਾ ਹੈ ਨਾ ਤਾਂ ਹੁਣ ਮੈਂ ਇਮੇਜ ਨੂੰ ਆਪਣੇ ਵੱਲੋਂ ਬਲੈਕ ਐਂਡ ਵਾਈਟ ਕਰ ਰਿਹਾ ਰੈਦਰ ਦੈਨ ਹੈ ਨਾ ਕਿ ਹਾਂ ਵੀ ਉਹ ਉਸ ਪ੍ਰਿੰਟਰ ਦੇ ਵਿੱਚ ਬਲੈਕ ਐਂਡ ਵਾਈਟ ਕਰੇ ਕਿ ਮੈਨੇ ਕੰਟਰਾਸਟ ਜਾਂ ਹੈ ਨਾ ਆਪਣੇ ਵੱਲੋਂ ਸੈੱਟ ਕਰ ਲਾ ਅਤੇ ਉਸ ਤੋਂ ਬਾਅਦ ਤੁਸੀਂ ਜਿੱਦਾਂ ਦੇਖ ਸਕਦੇ ਹੋ ਕਿ ਫੋਮ ਐਮੋ ਕਰਕੇ ਜਿਹੜੀ ਹੈ ਨਾ ਐਪ ਹੈ ਉਸ ਦੇ ਵਿੱਚ ਮੈਂ ਗਿਆ ਪ੍ਰਿੰਟ ਇਮੇਜਿਸ ਦੇ ਉੱਤੇ ਕਲਿੱਕ ਕੀਤਾ ਮੈਨੇ ਅਤੇ ਉਸ ਤੋਂ ਬਾਅਦ ਲਾਈਕ ਜਿਹੜੀ ਇਮੇਜ ਹੈ ਹੈ ਨਾ ਜਿਹੜੀ ਮੈਨੇ ਲਾਈਕ ਬਲੈਕ ਐਂਡ ਵਾਈਟ ਕੀਤੀ ਸੀ ਉਹ ਸਿਲੈਕਟ ਕੀਤੀ ਡਨ ਕੀਤੀ ਉਹਦੇ ਵਿੱਚ ਜਿੰਨੇ ਥਿਕਨੈਸ ਦਿੱਤੀ ਹੁੰਦੀ ਹੈ ਮੀਡੀਅਮ ਹਾਰਡ ਲਾਈਕ ਲਾਈਟ ਹੈ ਨਾ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਹਾਂ ਵੀ ਡਾਰਕਨੈਸ ਦਾ ਲਾਈਕ ਮਾੜਾ ਮੋਟਾ ਡਿਫਰੈਂਸ ਹੁੰਦਾ ਅਤੇ ਪ੍ਰਿੰਟਰ ਨੂੰ ਆਪਾਂ ਕਰ ਲਿਆ ਕਨੈਕਟ ਅਤੇ ਗਾਈਸ ਦੇਤੀ ਕਮਾਂਡ ਆਪਾਂ ਅਤੇ ਆ ਹੁਣ ਨਿਕਲ ਰਿਹਾ ਪ੍ਰਿੰਟ ਸੋ ਗਾਈਸ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਦੀ ਕਮਾਂਡ ਮੈਂ ਦੇਤੀ ਅਤੇ ਪ੍ਰਿੰਟਿੰਗ ਜਿਹੜੀ ਹੈ ਚਾਲੂ ਹੋ ਚੁੱਕੀ ਹੈ ਅਤੇ ਸਿੱਧੂ ਮੂਸੇਵਾਲਾ ਹੈ ਨਾ ਲਾਈਕ ਬਾਈ ਦਾ ਪੋਸਟਰ ਬਣਿਆ ਹੋਇਆ ਸੀਗਾ ਅਤੇ ਉਹ ਪੋਸਟਰ ਕੱਢਿਆ ਮੈਂ ਅਤੇ ਤੁਹਾਨੂੰ ਦਿਖਾਉਂਦੇ ਇਹਦਾ ਫਾਈਨਲ ਰਿਜ਼ਲਟ ਵੇਟ ਤੁਹਾਨੂੰ ਉੱਧਰ ਦੀ ਸਾਈਡ ਤੋਂ ਦਿਖਾਉਂਦੇ ਕਿ ਕਿੱਦਾਂ ਦਾ ਰਿਜ਼ਲਟ ਆਉਂਦਾ ਗਾਈਸ ਤੁਸੀਂ ਚੈੱਕ ਕਰ ਹੀ ਸਕਦੇ ਹੋ ਹੈ ਨਾ ਬਿਲਕੁਲ ਲਾਈਕ ਨੈਕਸਟ ਲੈਵਲ ਦਾ ਪ੍ਰਿੰਟ ਜਿਹੜਾ ਹੈ ਨਾ ਲਾਈਕ ਡਿਟੇਲਸ ਵੱਲੋਂ ਕੋਈ ਦਿੱਕਤ ਨਹੀਂ ਹੈਗੀ ਜਸਟ ਇਹ ਹੈ ਕਿ ਕਲਰਫੁੱਲ ਨਹੀਂ ਕੱਢਦਾ ਇਹ ਬਾਕੀ ਲੈਟਰ ਸਾਈਜ਼ ਦਾ ਪ੍ਰਿੰਟ ਲਾਈਕ ਕੱਢਦਾ ਇਹ ਲੈਟਰ ਸਾਈਜ਼ ਆ ਜਿਹੜਾ ਹੈ ਹੈ ਨਾ ਤਾਂ ਏ ਫੋਰ ਸਾਈਜ਼ ਤਾਂ ਥੋੜ੍ਹਾ ਜਿਹਾ ਛੋਟਾ ਹੁੰਦਾ ਅਦਰਵਾਈਜ਼ ਤੁਸੀਂ ਚੈੱਕ ਕਰ ਹੀ ਸਕਦੇ ਹੋ ਗਾਈਜ਼ ਆ ਇਸ ਪ੍ਰਿੰਟਰ 'ਚੋਂ ਨਿਕਲਿਆ ਹੋਇਆ ਪ੍ਰਿੰਟ ਇੱਕ ਤਾਂ ਫਾਸਟ ਪ੍ਰਿੰਟਿੰਗ ਹੈ ਠੀਕ ਹੈ ਅਤੇ ਦੂਸਰੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਅਗਰ ਤਾਂ ਲਾਈਕ ਤੁਸੀਂ ਟੈਟੂਜ਼ ਵਗੈਰਾ ਲਈ ਟਰੇਸ ਵਗੈਰਾ ਕਰਨਾ ਤਾਂ ਉਸ ਚੀਜ਼ ਲਈ ਤਾਂ ਬਹੁਤ ਬੈਸਟ ਹੈ ਬਾਕੀ ਫੁੱਲ ਡਿਟੇਲਸ ਦੇ ਵਿੱਚ ਹੈ ਨਾ ਪ੍ਰਿੰਟ ਕੱਢਿਆ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਾਕੀ ਕਹਿੰਦੇ ਦਿਲ ਦਾ ਨਹੀਂ ਮਾੜਾ ਸਿੱਧੂ ਮੂਸੇਵਾਲਾ ਬਾਈ ਜੀ ਸਿੱਧੂ ਮੂਸੇਵਾਲਾ ਅਤੇ ਹਾਂ ਇਹਦਾ ਰਿਵਿਊ ਮੈਂ ਇਹਦਾ ਜੇ ਹੋ ਸਕਿਆ ਲਿੰਕ ਵੀ ਪਾ ਦਾਂਗਾ ਮੈਂ ਅਤੇ ਦੋ ਤਿੰਨ ਅੱਡ ਅੱਡ ਹੈ ਨਾ ਲਾਈਕ ਪ੍ਰਾਈਜ਼ ਦੇ ਵਿੱਚ ਅਵੇਲੇਬਲ ਹੈ ਤਾਂ ਤੁਸੀਂ ਬੈਸਟ ਪ੍ਰਾਈਜ਼ ਚੈੱਕ ਕਰ ਲਿਓ ਕਿਉਂਕਿ ਚੀਜ਼ ਤਾਂ ਸੇਮ ਹੀ ਆਉਣੀ ਹੁੰਦੀ ਹੈ ਇੱਦਾਂ ਕੋਈ ਇਸ਼ੂ ਨਹੀਂ ਹੁੰਦਾ ਤਾਂ ਜਿਹੜਾ ਵੀ ਬੈਸਟ ਪ੍ਰਾਈਜ਼ ਹੋਇਆ ਤੁਹਾਨੂੰ ਐਮਾਜ਼ੋਨ ਦੇ ਉੱਤੇ ਤੁਸੀਂ ਉਹ ਚੀਜ਼ ਲਾਈਕ ਚੈੱਕ ਕਰਕੇ ਫਿਰ ਬਾਏ ਕਰਿਓ ਬਾਕੀ ਤੁਹਾਨੂੰ ਮੈਂ ਸਪੀਡ ਸਟਿੱਕ ਵੀ ਦਿਖਾਤੀ ਆਹ ਸਟੈਂਸਿਲ ਹੋਇਆ ਪਿਆ ਵਧੀਆ ਸਪੀਡ ਸਟਿੱਕ ਵੀ ਸਹੀ ਹੈ ਬਾਕੀ ਪੇਜ ਵੀ ਸਹੀ ਹੈ ਪ੍ਰਿੰਟਰ ਵੀ ਸਾਡਾ ਸਹੀ ਹੈ ਬਾਕੀ ਆਹ ਇੰਕ ਮਿਕਸਰ ਵੇਟ ਇਹ ਇੰਕ ਮਿਕਸਰ ਹੈਗਾ ਜੀ ਜਿਹਦਾ ਵੀ ਹੁਣ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਂਦਾ ਇਹਨੂੰ ਹੈ ਨਾ ਅਤੇ ਬਾਕੀ ਚਲੋ ਜਦੋਂ ਯੂਜ਼ ਕਰਾਂਗੇ ਫਿਰ ਸਕਿਨ ਪੈਡ ਦੇ ਨਾਲ ਹੀ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਦੇ ਨਾਲ ਅਤੇ ਬਾਕੀ ਜਦੋਂ ਵੀ ਇੱਦਾਂ ਕੋਈ ਨਵੀਂ ਚੀਜ਼ ਹੈ ਨਾ ਔਡਰ ਕੀਤੀ ਤਾਂ ਤੁਹਾਨੂੰ ਜ਼ਰੂਰ ਅਸੀਂ ਉਹਦਾ ਰਿਵਿਊ ਕਰਕੇ ਦਿਖਾਵਾਂਗੇ ਤਾਂ ਇਹ ਵਾਲੀ ਪ੍ਰਿੰਟਰ ਦਾ ਜ਼ਰੂਰ ਦੱਸਿਓ ਗਾਈਸ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ ਹੈ ਨਾ ਅਤੇ ਅਗਰ ਤੁਸੀਂ ਇੱਕ
ट्रैवल आर्टिस्ट हो या अगर तुम चाहते हो कि इदा तुम ट्रैवल करके टैटूज करो तो हाँ बेस्ट ऑप्शन है थोड़े लिए। तो चलो आप हूँ कर दें इस ब्लॉग में एंड। सो गाइज आयो तुम इंक मिक्सर ओपन करके दिखाइए तो बड़ा वधिया टूल है गाइज। मैं लाइक इंडिया के भी यूज़ करता सीगा तो बड़ा हैल्पफुल है। लाइक इंक अगर तुम मिक्सिंग करनी है ओबियसली गल है जेडे लाइक रियलिजम के वर्क करते हैं है ना तो वह उन्होंने लाइक इंक मिक्स कर फ्रीकुएंटली लोड पैंती रहती है। तो आह है इंक मिक्सर तो ये बैटरीज नहीं है बैटरीज मैं देख लेना मेरे को दो बैटरीज पे मैं तुम्हें एक बार बिच एडजस्ट करके दिखा देना मे बी उ हली लगदिया हो क्योंकि मेरे को छोटिया वाली ने तो गाइज मेरे को आवले सैल ने है ना छोटे ट्रिपल ए बट आई डोंट थिंक सो कि आवले इदे विच यूज होंगे ने। ओ गाइज चल गया थोड़े ढीले ने सैल बट या इट्स वर्किंग वेट आई शो यू। एदे नाल स्टिक्स भी मिलिया ने अपन लाइक उही गल है कि जे अपन लाइक स्टिक्स कल नू घट पै जांदियां ने तो आप ईजीली है ना तो वधिया चीज़ है। नाल इंकअप्स आए ने ते नाल आईयां ने एक्सट्रा स्टिक्स 50 है मे बी 50 ते आह इंकअप्स आए ने ये भी मे बी है 50 तक तो होणगी आ भी। तो चलो ये भी तुहानू नैक्सट वीडियो दे विच यूज़ करके दिखावांगे अगर आप उस उत्ते जिदा टैटू करना ही है ना स्किन पैड के उत्ते फिर तुम यूज़ करके दिखावे। मिलते हैं गाइज अगली वीडियो। होप सो गाइज यह वीडियो थोड़े लिए इनफॉर्मेटिव रही होएगी तो प्रिंटर का होप सो तुम वधिया लगे होगा। बाकी जो असं मटीरियल मंगाया से तुम मैं सारा रिव्यू करके दिखाई दिता जस्ट स्किन पैड रह गए और मैं थानू जल्दी है ना लाइक वह भी रिव्यू दिखाऊंगा तो उन्होंने यूज़ करके दिखाऊंगा बिकॉज मैं कुछ नवं ट्राई करना चाहता है ना कलरफुल तो उदो मैं तुम्हें लाइक स्किन पैड के उत्ते किदा टैटू करते हैं स्टैंसिल किदा पेस्ट करते हैं स्टैंसिल किन्ना टाइम रहना चाहिए अगर तुम्हें एक थिक स्टैंसिल चाहिए जिहड़ा कि फेड अवे ना हो तो सारी इनफॉर्मेशन मैं तुम्हें नैक्सट वीडियो में दस दाँगा। बाकी मिलते हैं तुम्हें हम अगली वीडियो के नाल होप्स तुम्हें जी साड़ी वीडियो है वधिया लगी होगी। अगर वधिया लगी तो गाइस शेयर जरूर कर दो चैनल में सबसक्राइब जरूर कर दो। मिलते रहेंगे चैनल के उत्ते अपने इंकड़ी के उत्ते। Stay tuned with Ink Day guys. Bye bye.